ਸਾਰਿਆਂ ਦਾ ਫਿਰ ਸਵਾਗਤ ਹੈ। ਹੋਰ ਵੀ ਬੜੀਆਂ ਗੱਲਾਂ ਕਰਨ ਵਾਲੀਆਂ ਹੈ ਸਕਿਨ ਕੇਅਰ ਬਾਰੇ। ਇੱਕ ਸਮਝਣ ਦੀ ਲੋੜ ਹੈ ਕਿ ਅਫਕੋਰਸ ਓਵਰਆਲ ਪਿਕਚਰ ਦੇਖੀ ਅਸੀਂ ਕਿ ਅੰਦਰੋਂ ਸਾਡੀ ਸਕਿਨ ਨੂੰ, ਸਕਿਨ ਸਾਡਾ ਲਾਰਜੈਸਟ ਆਰਗਨ ਹੈ, ਯੂ ਨੋ, ਪੂਰਾ ਸਾਡੀ ਬੋਡੀ ਉਹਦੇ ਨਾਲ ਭਰੀ ਹੋਈ ਹੈ, ਐਂਡ ਦੈਨ ਦੇ ਆਰ ਲੇਅਰਸ। ਸੋ ਇਹ ਨਹੀਂ ਹੈ ਕਿ ਸਿਰਫ ਸਰਫਿਸ ਦੇ ਉੱਤੇ ਸਕਿਨ ਹੈ, ਦੇ ਆਰ ਡਿਫਰੈਂਟ ਲੇਅਰਸ। ਸੋ ਡੀਪ ਰੂਟਿਡ ਉਹ ਹੈਲਦੀ ਹੋਏ, ਗਲੋ ਤਾਂ ਹੀ ਆਏਗੀ। ਸੋ ਐਂਡ ਅੱਜ ਦੇ ਯੁੱਗ ਵਿੱਚ ਮੈਨੂੰ ਲੱਗਦਾ ਕਿ ਇਹਦੇ ਬਾਰੇ ਨਾ ਕੌਨਸ਼ੀਅਸਲੀ ਅਗਰ ਸੋਚੀਏ ਤਾਂ ਬਿਲਕੁਲ ਉਸ ਬਾਏ ਡਿਫੋਲਟ ਅਸੀਂ ਆਪਣਾ ਬੜਾ ਨੁਕਸਾਨ ਕਰ ਲੈਂਦੇ ਹਾਂ। ਮੈਂ ਆਪਣੇ ਐਕਸਪੀਰੀਅੰਸ ਤੋਂ ਬੋਲ ਰਹੀ ਹਾਂ। ਆਈ ਰਿਮੈਂਬਰ ਵੈਨ ਆਈ ਜੁਆਇੰਡ ਯੂ ਗਾਇਜ਼, ਇੱਥੇ ਗੱਲਬਾਤ ਟੀ ਵੀ ਦੀ ਦੁਨੀਆ ਹੈ, ਆਈ ਵਾਜ਼ ਇਨ ਫੈਮਿਲੀਅਰ ਕਿ ਇੰਨਾ ਮੇਕਅਪ, ਮੈਂ ਆਈ ਵਾਜ਼ ਇਨ ਫੌਂਡ ਆਫ ਮੇਕਅਪ, ਪਰ ਜਦੋਂ ਇੰਨਾ ਮੇਕਅਪ ਕਰਨਾ ਸ਼ੁਰੂ ਕੀਤਾ ਐਂਡ ਐਵਰੀ ਡੇ ਸ਼ੋਅ ਸੀਗਾ, ਮੇਰੀ ਸਕਿਨ ਨੇ ਬਿਲਕੁਲ ਅੱਛੀ ਤਰ੍ਹਾਂ ਰਿਐਕਟ ਨਹੀਂ ਕੀਤਾ। ਮਤਲਬ ਉਹਨੇ ਬਿਲਕੁਲ ਬਗਾਵਤ ਕੀਤੀ ਕਿ ਨਹੀਂ ਨਹੀਂ ਇੰਨਾ ਮੇਕਅਪ ਨਹੀਂ ਚਾਹੀਦਾ, ਕਿਉਂਕਿ ਇੰਨੇ ਈਅਰਸ ਤੋਂ ਕਦੀ ਇੰਨਾ ਜ਼ਿਆਦਾ ਮੇਕਅਪ ਨਹੀਂ ਕੀਤਾ ਸੀ। ਯੂ ਨੋ, ਸਕਿਨ ਦੀ ਜਿਹੜੀ ਅਪਰ ਲਿਡਸ ਦੀ ਹੈ ਉੱਥੇ ਰੈਸ਼ ਹੋਣਾ ਸ਼ੁਰੂ ਹੋ ਗਿਆ, ਕਿਤੇ ਨਾ ਕਿਤੇ ਸੈਂਸਿਟਿਵ ਜਗ੍ਹਾ 'ਤੇ ਰੈਸ਼ ਹੋਣਾ। ਸੋ ਆਈ ਵਾਜ਼ ਵੈਰੀ ਲਾਈਕ ਇਹ ਕੀ ਕਰੋ, ਉੱਥੇ ਤਾਂ ਕਰਨਾ ਹੀ ਪੈਣਾ ਟੀਵੀ ਦੇ ਉੱਤੇ। ਬਟ ਸਲੋਲੀ, ਯੂ ਨੋ, ਪਤਾ ਲੱਗ ਗਿਆ ਕਿ ਕਿਹੜੇ ਪ੍ਰੋਡਕਟਸ ਤੰਗ ਕਰ ਰਹੇ ਨੇ, ਕੀ ਹੋ ਰਿਹਾ। ਇਟ ਟੁੱਕ ਅ ਵਾਈਲ। ਬਟ ਦੂਜੇ ਪਾਸੇ ਯੰਗਸਟਰ, ਜਿਹੜੇ ਯੰਗ ਕੁੜੀਆਂ ਅੱਜ ਕੱਲ੍ਹ ਮੈਂ ਦੇਖ ਰਹੀ ਹਾਂ, ਬਹੁਤ ਜਲਦੀ ਬਹੁਤ ਜ਼ਿਆਦਾ ਮੇਕਅਪ ਕਰਦੇ ਹੈ। ਸੋ ਉਹਦਾ ਖਾਸ ਤੌਰ 'ਤੇ ਕਿਉਂਕਿ ਤੁਸੀਂ ਸੋਹਣੇ ਲੱਗਣ ਲੱਗ ਜਾਂਦੇ, ਯੂ ਲੁੱਕ ਲਿਟਲ, ਯੂ ਨੋ, ਪੋਲਿਸ਼ ਡਿਫਰੈਂਟ, ਸੋ ਯੂ ਲਾਈਕ ਦੈਟ। ਜਦੋਂ ਤੁਸੀਂ ਪਸੰਦ ਕਰਦੇ ਹੋ ਤਾਂ ਤੁਸੀਂ ਬਿਨਾਂ ਮੇਕਅਪ ਦੇ ਫਿਰ ਕਿਤੇ ਹੋਰ ਜਾਂਦੇ ਹੀ ਨਹੀਂ। ਐਂਡ ਆਈ ਡਿਡ ਦੈਟ, ਯੂ ਨੋ, ਕਿ ਜਦ ਨਹੀਂ ਵੀ ਲੋੜ, ਨਹੀਂ ਵੀ ਟੀ ਵੀ 'ਤੇ ਆ ਰਹੇ ਤਾਂ ਵੀ ਮੇਕਅਪ ਕਰ ਲਿਆ ਇਸ ਪਿੱਛੇ ਕਿ ਹਾਂ ਮੈਨੂੰ ਉਹ ਲੁੱਕ ਅੱਛੀ ਲੱਗ ਰਹੀ। ਸੋ ਹੋਇਆ ਕੀ ਕਿ ਉਹ ਸਕਿਨ ਦੇ ਉੱਤੇ ਹੋਰ ਹੋਰ ਮੇਕਅਪ ਦਾ ਇੰਪੈਕਟ ਹੋ ਰਿਹਾ। ਸੋ ਜਸਟ ਰਿਮਾਈਂਡਿੰਗ ਕਿ ਯੂ ਨੋ, ਬਿਊਟੀਫੁਲ ਸਾਰੇ ਹੈ, ਸੋ ਸਕਿਨ ਕੇਅਰ ਬੈਟਰ ਹੈ ਮੇਕਅਪ ਨਾਲੋਂ, ਕਿਉਂਕਿ ਮੇਕਅਪ ਤਾਂ ਬਹੁਤ ਹੀ ਜ਼ਿਆਦਾ ਲੇਅਰਸ ਦੇ ਵਿੱਚ ਜਿਹੜਾ ਉਹ, ਯੂ ਨੋ, ਹੈਗਾ ਹੈ, ਜਿਹੜਾ ਪੋਰਸ ਨੂੰ ਬੰਦ ਕਰਨ ਦੇ ਸਾਰੇ ਇਨਗਰੀਡੀਐਂਟਸ ਹੈ ਉਹਦੇ ਵਿੱਚ। ਸੋ ਅਨਦਰ ਥਿੰਗ ਕਿ ਓਇਲਸ ਦੀ ਜਿਵੇਂ ਅਸੀਂ ਗੱਲ ਕਰ ਰਹੇ ਸੀ, ਟੀ ਟ੍ਰੀ ਓਇਲ, ਕੋਕੋਨਟ ਓਇਲ ਦੀ ਗੱਲ ਕੀਤੀ ਅਸੀਂ, ਮਸਟਰਡ ਓਇਲ ਦੀ ਕੀਤੀ, ਕੋਕੋਨਟ ਓਇਲ ਬਹੁਤ ਪਾਪੂਲਰ ਹੈ। ਟੀ ਟ੍ਰੀ ਓਇਲ ਆਸਟ੍ਰੇਲੀਅਨ ਓਇਲ ਹੈ, ਹੰਡਰਡਸ ਆਫ ਈਅਰਸ ਤੋਂ ਕਹਿੰਦੇ ਉਹ ਉੱਥੇ ਜ਼ਿਆਦਾ ਪਾਪੂਲਰ ਹੈ, ਬਟ ਥੈਰੇਪਿਟਿਕ ਹੈ ਬਹੁਤ, ਡਾਇਲਿਊਟ ਫੋਰਮ ਦੇ ਵਿੱਚ ਯੂਜ਼ ਕਰਨਾ ਹੈ ਬਿਲਕੁਲ। ਪਰ ਉਹ ਕੋਈ ਵੀ ਜਿਵੇਂ ਕੋਈ ਇਰੀਟੇਸ਼ਨ ਹੈ, ਐਗਜ਼ੀਮਾ ਤੱਕ, ਫੰਗਸ ਕੋਈ ਹੋਏ ਜਿਵੇਂ ਟੋਸ ਦੇ ਵਿੱਚ, ਪੈਰਾਂ ਦੇ ਵਿੱਚ, ਸਿਰਫ ਉਹਦੇ ਨਾਲ ਅੱਛੀ ਤਰ੍ਹਾਂ ਵਾਸ਼ ਕੀਤਾ ਜਾਏ ਤਾਂ ਵੀ ਕਹਿੰਦੇ ਬਹੁਤ ਹੁੰਦਾ। ਇਟ ਮੇਕਸ ਯੂਰ ਸਕਿਨ ਲਿਟਲ ਡਰਾਈ, ਬਟ ਉਹ ਐਕਨੇ ਦਾ ਬਹੁਤ ਅੱਛਾ ਨੈਚੁਰਲ ਰੈਮਡੀ ਹੈ, ਕਿਉਂਕਿ ਐਕਨੇ ਦੀ ਮੋਸਟ ਰੈਮਡੀਜ਼ ਜਿਹੜੀਆਂ ਸੂਟ ਨਹੀਂ ਕਰਦੀਆਂ। ਯੰਗ ਜਿਹੜੀਆਂ ਪਿਊਬਰਟੀ 'ਤੇ ਵੀ ਕੁੜੀਆਂ ਹੁੰਦੀਆਂ, ਉਹਨਾਂ ਨੂੰ ਬਾਹਰਲੀਆਂ ਜਿਹੜੀਆਂ ਚੀਜ਼ਾਂ ਐਕਨੇ ਦੀਆਂ, ਵੈਸੇ ਤਾਂ ਸਾਡਾ ਟਾਈਮ ਹੋਰ ਸੀ ਕਿ ਇੱਕ ਦੋ ਐਕਨੇ ਆਏ ਨਾ ਅਤੇ ਮਦਰਸ ਇਹੀ ਕਹਿੰਦੀ ਹੁੰਦੀ ਸੀ ਵੀ ਇਹਨਾਂ ਨੇ ਲੰਘ ਜਾਣਾ ਫੇਜ਼, ਇਹਨਾਂ ਨੂੰ ਛੇੜੋ ਨਾ ਜ਼ਿਆਦਾ। ਪਰ ਹੁਣ ਇੰਨਾ ਜ਼ਿਆਦਾ ਹੋ ਗਿਆ ਕਿ ਐਕਨੇ ਆਏ ਆ ਅਤੇ ਇਹ ਪ੍ਰੋਡਕਟ ਹੈ, ਇਹ ਪ੍ਰੋਡਕਟ ਹੈ, ਉਹ ਲਗਾ ਲਗਾ ਕੇ ਨਾ ਡਿਫਰੈਂਟ ਜ਼ਿਆਦਾ ਹੋ ਗਿਆ। ਸੋ ਉਹੀ ਹੈ ਕਿ ਇੱਕ ਨੈਚੁਰਲ ਓਇਲ ਜਿਹੜਾ ਟੀ ਟ੍ਰੀ ਓਇਲ ਹੈ, ਬਿਲਕੁਲ ਡਾਇਲਿਊਟ ਫੋਰਮ 'ਚ ਅਗਰ ਤੁਸੀਂ ਐਕਨੇ ਦੇ ਉੱਤੇ ਟੱਚ ਕਰਦੇ ਹੋ, ਇਟ ਡਰਾਈਜ਼ ਅਪ, ਵਿਚ ਇਜ਼ ਅ ਗ੍ਰੇਟ ਥਿੰਗ ਫੋਰ ਯੰਗ ਕਿਡਸ। ਲੈਟ ਮੀ ਟੇਕ ਅ ਕਾਲ ਐਂਡ ਦੈਨ ਆਈਲ, ਸੋਰੀ, ਪਲੀਜ਼ ਡੂ ਕਾਲ ਅਗੇਨ। ਹੈਲੋ, ਹੈਲੋ, ਹਾਂਜੀ ਹਾਂਜੀ, ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਅਰਵਿੰਦ ਜੀ, ਦੱਸੋ ਕੀ ਕਹਿੰਦੇ ਹੋ, ਥੈਂਕ ਯੂ ਫੋਰ ਕਾਲਿੰਗ। ਓਕੇ, ਸਾਰਿਆਂ ਨੇ ਬੜੇ ਸੋਹਣੇ ਸੋਹਣੇ ਟਿਪ ਦੱਸੇ ਨੇ ਵੀ ਇਸ ਤਰ੍ਹਾਂ ਸਕਿਨ ਸਹੀ ਰਹਿਣੀ ਚਾਹੀਦੀ ਆ ਜੀ। ਤੇ ਇੱਕ ਪਤਾ ਕੀ ਹੈ ਕਿ ਜਿਵੇਂ ਕਿ ਤੁਸੀਂ ਹੁਣੇ ਕਿਹਾ ਨਾ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਮੇਕਅਪ ਬਹੁਤ ਜ਼ਿਆਦਾ ਕਰਦੀਆਂ, ਉਹ ਜ਼ਿਆਦਾ ਕਰਦੀਆਂ ਨੇ, ਪਰ ਜਦੋਂ ਨਹੀਂ ਕਰਨਗੀਆਂ ਨਾ ਮੇਕਅਪ ਜਾਂ ਨਹੀਂ ਕਰਦੀਆਂ, ਫਿਰ ਉਹਨਾਂ ਦਾ ਫੇਸ ਦੇਖਣ ਵਾਲਾ ਹੁੰਦਾ। ਉਹੀ ਗੱਲ ਹੈ ਨਾ, ਤੁਸੀਂ ਯੂਜ਼ ਟੂ ਹੋ ਜਾਂਦੇ ਹੋ, ਕਿਉਂਕਿ ਉਹ ਮੇਕਅਪ ਦੇ ਨਾਲ ਯੂਜ਼ ਟੂ, ਫਿਰ ਤੁਸੀਂ ਬਿਲਕੁਲ ਜਦੋਂ ਨਹੀਂ ਵੀ ਲੋੜ, ਮੈਂ ਖੁਦ ਆਪਣੇ ਆਪ ਤੇ ਅਜ਼ਮਾਈ ਹੋਈ ਗੱਲ ਹੈ, ਇੰਨਾ ਸੋਹਣਾ ਆਪਣਾ ਚਿਹਰਾ ਲੱਗਦਾ ਹੁੰਦਾ ਸੀ, ਪਰ ਮੇਕਅਪ ਤੋਂ ਬਾਅਦ ਫਿਰ ਤੁਸੀਂ ਬਿਨਾਂ ਮੇਕਅਪ ਦੇ ਦਿਲ ਹੀ ਨਹੀਂ ਕਰਦਾ। ਪਰ ਹੁਣ ਮੈਂ ਆਈ ਐਮ ਗੈਟਿੰਗ ਟੂ ਯੂਜ਼ ਕਿ ਇਟਸ ਓਕੇ, ਯੂ ਨੋ, ਕਿ ਫੋਰਗੇਟ ਇਟ, ਨਹੀਂ ਚਾਹੀਦਾ। ਹਾਂ, ਅਸੀਂ ਹੈ ਨਾ, ਪਰ ਠੀਕ ਹੈ, ਮੈਂ ਮੇਕਅਪ ਨਹੀਂ ਕਰਦੀ ਇੰਨਾ ਕੁਝ ਨਹੀਂ, ਫਾਲਤੂ ਨਹੀਂ, ਜਿਵੇਂ ਕਿ ਓਵਰ ਹੁੰਦਾ ਜਾਂ ਲਿਮਿਟ ਦੇ ਅੰਦਰ ਵੀ ਨਹੀਂ ਹੁੰਦਾ ਮੇਰਾ। ਰਾਈਟ, ਇੱਕ ਥੋੜੀ ਜੀ ਜਿਵੇਂ ਕਿ ਪੌਂਡਸ ਕਰੀਮ ਵਗੈਰਾ ਹੁੰਦੀ ਹੈ, ਉਹ ਤਾਂ ਚਾਹੀਦੀ ਹੈ, ਹਾਂਜੀ, ਮਾਇਸਚਰਾਈਜ਼ਿੰਗ ਤਾਂ ਚਾਹੀਦੀ ਹੈ, ਉਹ ਲਗਾ ਲੈਂਦੇ, ਥੋੜੀ ਜੀ ਲਿਪਸਟਿਕ ਲਗਾ ਲੈਂਦੀ, ਦੈਟਸ ਇਟ, ਉਸ ਤੋਂ ਬਾਅਦ ਕੁਝ ਨਹੀਂ ਕਰਨਾ। ਹਾਂਜੀ ਹਾਂਜੀ, ਪਰ ਇੰਨੀ ਵਧੀਆ ਸਕਿਨ ਹੈ, ਕੋਈ ਨਿਸ਼ਾਨ ਨਹੀਂ, ਕੋਈ ਦਾਗ ਨਹੀਂ, ਨੈਚੁਰਲੀ ਸਕਿਨ ਜਿਹੜੀ ਤੁਹਾਡੀ ਹੁੰਦੀ ਹੈ ਜੋ ਵਾਹਿਗੁਰੂ ਨੇ ਦਿੱਤੀ ਹੈ ਨਾ, ਉਹ ਉਹੋ ਜਿਹੀ ਨਹੀਂ ਬਣਦੀ, ਮੇਕਅਪ ਕਰਨੇ ਨਾਲ ਸਾਰੇ ਦੀ ਸਕਿਨ ਖਰਾਬ ਹੁੰਦੀ ਹੈ। ਠੀਕ ਹੈ ਠੀਕ ਹੈ, ਕੋਈ ਕੋਈ ਤੁਸੀਂ ਹੋਰ ਕਰਦੇ ਆ, ਹਾਂਜੀ, ਕੇਅਰ ਅੱਛੀ, ਮਤਲਬ ਦੇਖਭਾਲ ਕਰਨ ਦੀ ਸਕਿਨ ਦੀ, ਕੋਈ ਤੁਸੀਂ ਕੀ ਲਗਾਉਂਦੇ ਹੋ? ਕੋਲਡ ਕਰੀਮ ਵਗੈਰਾ, ਬਸ ਹੋਰ ਕੁਝ ਨਹੀਂ। ਅੱਛਾ, ਹੋਰ ਕੁਝ ਫਿਰ ਹੁੰਦਾ ਕਿ
ਜਿਵੇਂ ਕਿ ਰਾਤ ਨੂੰ ਰਾਣਾ ਹੈ ਨਾ ਤਾਂ ਵੈਸਲੀਨ ਵਗੈਰਾ ਲਗਾ ਲਓ ਆਪਣੇ ਪੈਰਾਂ ਪੂਰਾਂ ਤੇ ਹੱਥਾਂ ਤੇ ਜਿੱਦਾਂ ਵੀ ਆ ਜੀ ਉਹ ਨਰਮ ਰਹਿੰਦੇ ਨੇ ਅੱਜ ਬੜੇ ਸੋਹਣੀ ਸਕਿਨ ਰਹਿੰਦੀ ਆ ਉਹਦੇ ਨਾਲ ਵੀ ਠੀਕ ਹੈ ਠੀਕ ਹੈ ਤੇ ਜਦੋਂ ਪਹਿਲਾਂ ਆਪਾਂ ਪਿੰਡ ਸੀਗੇ ਨਾ ਉਦੋਂ ਕਹਿੰਦੇ ਹੁੰਦੇ ਸੀਗੇ ਜਿੱਦਾਂ ਮੇਰੇ ਮਾਂ ਜੀ ਸੱਸ ਮੇਰੇ ਉਹਨਾਂ ਨੇ ਦਹੀਂ ਦੇ ਵਿੱਚ ਨਾ ਥੋੜਾ ਜਿਹਾ ਤੇਲ ਪਾ ਕੇ ਉਹਦੇ ਨਾਲ ਸਿਰ ਵੀ ਨਾ ਸਿਰ ਨਾ ਲੈਣਾ ਤੇ ਬੰਦੇ ਤੇ ਮਲ ਜਾਣਾ ਉਹ ਨਾਲ ਲੈਣਾ ਦੇਖੋ ਕਿੰਨੀ ਵਧੀਆ ਸਕਿਨ ਰਹਿੰਦੀ ਬਿਲਕੁਲ ਬਿਲਕੁਲ ਸਾਰੇ ਕਰਦੇ ਹੁੰਦੇ ਸੀ ਥੈਂਕ ਯੂ ਸੋ ਮੱਚ ਨਾ ਮੋਸਟਲੀ ਚੱਲਦਾ ਹੀ ਇਦਾਂ ਸੀ ਹਾਂ ਅੱਜ ਕੱਲ੍ਹ ਫੈਸ਼ਨ ਦਾ ਜ਼ਮਾਨਾ ਆ ਗਿਆ ਇਸ ਕਰਕੇ ਮੇਕਅਪ ਸਭ ਤੋਂ ਜ਼ਿਆਦਾ ਪਪੂਲਰ ਹੋ ਗਿਆ ਚਲੋ ਵਧੀਆ ਹੈ ਵਧੀਆ ਅਸੀਂ ਠੀਕ ਹੈ ਜੀ ਸੁਰਿੰਦਰ ਜੀ ਥੈਂਕ ਯੂ ਸੋ ਮੱਚ ਹਾਂਜੀ ਉਹੀ ਜਿਵੇਂ ਪਹਿਲੇ ਵੀ ਹੋ ਰਹੀ ਸੀ ਖਾਲੀ ਸਕਿਨ ਕੇਅਰ ਦੇ ਇਲਾਵਾ ਜਿਵੇਂ ਕੋਈ ਇਸ਼ੂ ਆ ਜਾਂਦੇ ਆ ਜਿਸ ਤਰ੍ਹਾਂ ਟੀ ਟਰੀ ਆਇਲ ਹੈ ਐਪਲ ਸਾਈਡਰ ਵੀ ਸਾਰੇ ਕਹਿੰਦੇ ਨੇ ਐਪਲ ਸਾਈਡਰ ਵੀ ਜਿਹੜਾ ਹੈ ਨਾ ਉਹ ਵੀ ਬਹੁਤ ਜ਼ਿਆਦਾ ਹੈਲਪਫੁਲ ਹੈ ਕਿ ਕੋਈ ਵੀ ਬੈਕਟੀਰੀਅਲ ਇਨਫੈਕਸ਼ਨ ਹੈ ਫੰਗਸ ਇਨਫੈਕਸ਼ਨ ਹੈ ਉਹਨੂੰ ਹਲਕੇ ਜਿਹੇ ਡਾਈਲਿਊਟ ਕਰਕੇ ਤੁਸੀਂ ਉਹ ਜਗ੍ਹਾ ਦੋ ਤਿੰਨ ਵਾਰੀ ਉਹਨੂੰ ਉਸ ਕੋਟਨ ਸਵਾਬ ਨਾਲ ਲਗਾਉਂਦੇ ਰਹੋ ਵਾਸ਼ ਕਰ ਦਿਉ ਯੂ ਨੋ ਅਤੇ ਉਹ ਬਹੁਤ ਫਰਕ ਪੈ ਜਾਂਦਾ ਮੈਂ ਖੁਦ ਅਜਮਾਇਆ ਹੋਇਆ ਸੋ ਸਟੇਇੰਗ ਅਵੇ ਫਰੋਮ ਕੈਮੀਕਲਸ ਇਹਦੀ ਗੱਲ ਹੋ ਰਹੀ ਹੈ ਕਿ ਬੜੀਆਂ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਸਾਡੇ ਘਰ ਹੈਗੀਆਂ ਮੈਨੂੰ ਯਾਦ ਆ ਰਹੀ ਹੈ ਮੇਰੇ ਮੋਮ ਮਤਲਬ ਮੋਮ ਇਨ ਲਾਅ ਹਰ ਵੇਲੇ ਇਹੀ ਕਹਿੰਦੇ ਨੇ ਕਿ ਨਹੀਂ ਯੂ ਨੋ ਫਾਲਤੂ ਚੀਜ਼ ਨਾ ਲਗਾਓ ਕੁਛ ਨਾ ਕਰੋ ਬਸ ਜਦੋਂ ਉਹਨਾਂ ਨੇ ਫਰੂਟ ਕੱਟਣਾ ਹੈ ਨਾ ਸਟ੍ਰੋਬਰੀ ਹੈਗੀ ਹੈ ਅਤੇ ਭਾਵੇਂ ਯੂ ਨੋ ਸਲਾਦ ਕੱਟਣੀ ਹੈ ਅਤੇ ਖੀਰਾ ਹੈਗਾ ਅਤੇ ਆਲੂ ਸਬਜ਼ੀ ਬਣਾਉਣ ਲੱਗੇ ਨੇ ਕੋਈ ਐਸੀ ਚੀਜ਼ ਹੈ ਉਹਨਾਂ ਨੇ ਮਾੜੀ ਜਿਹੀ ਆਪਣੇ ਫੇਸ 'ਤੇ ਲਗਾ ਲੈਣੀ ਜਦ ਤੱਕ ਸਬਜ਼ੀ ਬਣਦੀ ਹੈ ਉਨੀ ਦੇਰ 'ਚ ਉਹ ਆਲੂ ਕਹਿੰਦੇ ਬੜੇ ਸੋਹਣਾ ਬਲੀਚਿੰਗ ਏਜੰਟ ਹੁੰਦਾ ਹੈ ਐਂਡ ਸਟਾਰਚ ਹੁੰਦੀ ਹੈ ਜਿਹੜੀ ਵਿੱਚ ਯੂ ਨੋ ਟਾਈਟਨ ਸੀ ਉਹ ਸਕਿਨ ਖੀਰਾ ਸਾਨੂੰ ਪਤਾ ਹੀ ਹੈ ਐਂਟਾ ਇਨਫਲੈਮੇਟਰੀ ਹੈ ਐਜ਼ ਵੈਲ ਐਜ਼ ਉਹ ਵੀ ਬਲੀਚ ਕਰਦਾ ਹੈ ਆਈਜ਼ ਦੇ ਨੀਚੇ ਜਿਨ੍ਹਾਂ ਦੇ ਡਾਰਕਰ ਯੂ ਨੋ ਅੰਡਰ ਆਈਜ਼ ਹੁੰਦੀਆਂ ਉਹ ਖੀਰੇ ਨਾਲ ਬਹੁਤ ਫਾਇਦਾ ਹੁੰਦਾ ਉਹਦੇ ਨਾਲ ਕਿ ਉਹਦੇ ਜਿਹੜੇ ਕੈ ਹੈਗੇ ਆ ਨੈਚੁਰਲ ਉਹਦੇ ਵਿੱਚ ਜੋ ਹੈਗਾ ਉਹ ਬਲੀਚ ਕਰਦਾ ਸੋ ਲਾਈਟਰ ਹੋ ਜਾਂਦਾ ਕਲਰ ਐਂਡ ਕੂਲਿੰਗ ਇਫੈਕਟ ਤਾਂ ਹੈ ਹੀ ਹੈ ਸੋ ਐਂਟੀ ਇਨਫਲਮੈਟਰੀ ਆ ਉਹ ਜਿਹੜੀ ਪਫੀ ਆਈਜ਼ ਮੇਰੇ ਵਰਗੀਆਂ ਹੈਗੀਆਂ ਉਹ ਵੀ ਕਹਿੰਦੇ ਨੇ ਫਰਕ ਪੈਂਦਾ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ ਨਾ ਸਪੈਸ਼ਲੀ ਜਿਵੇਂ ਸਟ੍ਰੋਬਰੀਜ਼ ਹੈਗੀਆਂ ਉਹ ਅਸੀਂ ਪੁੱਛਦੇ ਸੀ ਜ਼ਰਾ ਜੀ ਉਹਨਾਂ ਨੇ ਕੱਟਣੀ ਨਾ ਅੱਧੀ ਸਟ੍ਰੋਬਰੀ ਉਹਨਾਂ ਨੇ ਜ਼ਰੂਰ ਆਪਣੇ ਮੂੰਹ ਤੇ ਮੱਲੀ ਹੋਣੀ ਔਰ ਸਾਨੂੰ ਵੀ ਕਹਿਣਾ ਵੀ ਤੁਸੀਂ ਵੀ ਲਗਾ ਲਓ ਐਂਡ ਉਹਨਾਂ ਦੀ ਸਕਿਨ ਇੰਨੀ ਵਧੀਆ 75 ਈਅਰ ਦੇ ਮੇਰੇ ਖਿਆਲ ਨੇੜੇ ਹੋਣੇ ਆ ਬਟ ਸਾਡੇ ਤੋਂ ਡੈਫੀਨੇਟਲੀ ਬੈਟਰ ਲੱਗਦੇ ਆ ਯੂ ਨੋ ਅੱਛੀ ਸਕਿਨ ਹੈ ਬਹੁਤ ਹੈਲਦੀ ਸਕਿਨ ਹੈ ਗਲੋ ਕਰਦੀ ਹੈ ਹਮੇਸ਼ਾ ਸੋ ਉਹ ਜਿਹੜਾ ਹੈ ਉਹ ਦੇਖਣ ਵਾਲਾ ਹੁੰਦਾ ਇਹ ਨੈਚੁਰਲ ਇਨਗਰੀਡੀਐਂਟਸ ਦਾ ਨੈਚੁਰਲ ਫੂਡਸ ਐਂਡ ਉਹਦਾ ਫਾਇਦਾ ਲੈਟਸ ਸੀ ਹੋਰ ਸਾਰਾ ਕੀ ਕਹਿੰਦੇ ਹੈ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ